ਸਿਆਸੀ ਨੇਤਾਵਾਂ ਤੋਂ ਪੁੱਛੇ ਜਾਣ ਵਾਲੇ ਪ੍ਰਸ਼ਨ ਕੀ ਹੋਣ। ਇਹ ਇੱਕ ਬੜੀ ਮਹੱਤਵਪੂਰਨ ਗੱਲ ਹੈ ਕਿ ਕਿਸਾਨ ਅੰਦੋਲਨ ਦੇ ਪ੍ਰਸੰਗ ਵਿੱਚ ਜਦੋਂ ਸਿਆਸੀ ਨੇਤਾ ਪਿੰਡ, ਸ਼ਹਿਰ, ਮੁਹੱਲੇ, ਗਲੀ ਤੁਹਾਡੇ ਘਰ ਆਉਂਦੇ ਆ ਤਾਂ ਉਹਨਾਂ ਤੋਂ ਕਿਹੜੇ ਪ੍ਰਸ਼ਨ ਪੁੱਛੇ ਜਾਣ? ਤਾਂ ਸਭ ਤੋਂ ਪਹਿਲਾਂ ਜਿਹੜਾ ਪ੍ਰਸ਼ਨ ਉਹਨਾਂ ਤੋਂ ਪੁੱਛਣਾ ਚਾਹੀਦਾ, ਉਹ ਪ੍ਰਸ਼ਨ ਇਹ ਪੁੱਛਣਾ ਚਾਹੀਦਾ ਕਿ ਕੀ ਤੁਹਾਡੀ ਪਾਰਟੀ ਨੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨਾ, ਘੱਟੋ ਘੱਟ ਸਮਰਥਨ ਮੁੱਲ ਸਾਰੀਆਂ ਫਸਲਾਂ ਉੱਤੇ ਹਰ ਹਾਲਤ ਵਿੱਚ ਦੇਣਾ, ਅਨਾਊਂਸ ਨਹੀਂ ਕਰਨਾ, ਦੇਣਾ, ਕੀ ਇਹ ਤੁਹਾਡੇ ਮੈਨੀਫੈਸਟੋ ਵਿੱਚ ਇੱਕ ਨੰਬਰ 'ਤੇ ਹੈ? ਇਹ ਪਹਿਲਾ ਪ੍ਰਸ਼ਨ ਪੁੱਛਣ ਵਾਲਾ। ਇਸ ਦੇ ਨਾਲ ਹੀ ਕਿ ਕੀ ਤੁਸੀਂ ਜਿਹੜੇ ਪਿਛਲੇ ਸਮੇਂ ਦੀ ਸਰਕਾਰ ਨੇ ਖੇਤੀ ਕਾਨੂੰਨਾਂ ਤੋਂ ਇਲਾਵਾ ਮਜ਼ਦੂਰ ਵਿਰੋਧੀ ਕਾਨੂੰਨ ਬਣਾਏ ਆ, ਕੀ ਉਹਨਾਂ ਨੂੰ ਵੀ ਰੱਦ ਕਰੋਗੇ? ਕੀ ਉਸ ਨੂੰ ਮੈਨੀਫੈਸਟੋ ਉੱਪਰ 2 ਨੰਬਰ 'ਤੇ ਦਰਜ ਕਰੋਗੇ? ਦੂਜੀ ਜਿਹੜੀ ਗੱਲ ਕਿ ਇਹ ਤਾਂ ਗੱਲ ਹੋ ਗਈ ਕਿ ਮੈਨੀਫੈਸਟੋ ਵਿੱਚੋਂ ਦਰਜ ਕਰਨ ਦੀ ਗੱਲ, ਅਗਲੀ ਗੱਲ ਕੀ ਤੁਹਾਡੀ ਪ੍ਰਧਾਨ, ਜੇ ਕੌਮੀ ਪੱਧਰ ਦੀ ਪਾਰਟੀ ਆ ਤਾਂ ਕੌਮੀ ਪ੍ਰਧਾਨ, ਜੇ ਖੇਤਰੀ ਪੱਧਰ ਦੀ ਪਾਰਟੀ ਆ ਤਾਂ ਖੇਤਰੀ ਪ੍ਰਧਾਨ ਅਸ਼ਟਾਮ ਪੇਪਰ 'ਤੇ, ਸਟੈਂਪ ਪੇਪਰ 'ਤੇ ਇਹ ਲਿਖ ਕੇ ਦੇਣ ਨੂੰ ਤਿਆਰ ਆ ਕਿ ਜੇ ਉਹਨਾਂ ਦਾ ਰਾਜ ਆਇਆ ਤਾਂ ਉਹ ਇਹ ਖੇਤੀ ਕਾਨੂੰਨ ਨੂੰ ਰੱਦ ਕਰਕੇ ਇੱਕਦਮ ਕੂੜੇ ਦੇ ਢੇਰ 'ਤੇ ਸਿੱਟ ਦੇਣਗੇ ਅਤੇ ਇਹੋ ਜਿਹਾ ਹੋਰ ਕੋਈ ਕਾਨੂੰਨ ਵੀ ਕਦੇ ਵੀ ਲੈ ਕੇ ਨਹੀਂ ਆਉਣਗੇ? ਤੀਜੀ ਜਿਹੜੀ ਮਹੱਤਵਪੂਰਨ ਗੱਲ ਆ ਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਬਿਜਲੀ ਵਾਲਾ ਨਵਾਂ ਕਾਨੂੰਨ ਪਾਸ ਕੀਤਾ ਗਿਆ, ਜਿਹੜਾ ਇਨਵਾਇਰਮੈਂਟਲ ਦੇ ਨਾਂ ਥੱਲੇ ਪਰਾਲੀ ਵਾਲਾ ਕਾਨੂੰਨ ਪਾਸ ਕੀਤਾ ਗਿਆ, ਕੀ ਜਿਹੜਾ ਕਿਸਾਨਾਂ ਦੀ ਬਗੈਰ ਇਜਾਜ਼ਤ ਤੋਂ ਜ਼ਮੀਨਾਂ ਉੱਤੇ ਕਬਜ਼ੇ ਕਰਨ ਦਾ ਕਾਨੂੰਨ ਪਾਸ ਕੀਤਾ ਗਿਆ, ਕੀ ਉਹ ਸਾਰੇ ਕਾਨੂੰਨ ਵੀ ਉਹ ਰੱਦ ਕਰਨਗੇ? ਕੀ ਉਹ ਸਾਰੇ ਕਾਨੂੰਨਾਂ 'ਤੇ ਵੀ ਲੀਕ ਫੇਰਨਗੇ? ਅਗਲਾ ਜਿਹੜਾ ਪੁੱਛਣ ਵਾਲਾ ਮਹੱਤਵਪੂਰਨ ਪ੍ਰਸ਼ਨ ਬਣਦਾ ਕਿ ਕੀ ਜਿਹੜਾ ਵੀ ਵਿਅਕਤੀ ਆ, ਭਾਰਤ ਦਾ ਨਾਗਰਿਕ ਆ, ਕੀ ਉਸ ਦੀ ਕੋਈ ਘੱਟੋ ਘੱਟ ਆਮਦਨ ਸਰਕਾਰ ਆਪਣੇ ਵੱਲੋਂ ਨਿਸ਼ਚਿਤ ਕਰ ਸਕਦੀ ਆ, ਕਰੂਗੀ? ਜੇ ਨਹੀਂ ਕਰੂਗੀ, ਜਦੋਂ ਤੁਸੀਂ ਜ਼ਮੀਨਾਂ ਖੋ ਰਹੇ ਹਾਂ, ਜਦੋਂ ਤੁਸੀਂ ਨੌਕਰੀਆਂ ਨਹੀਂ ਦੇ ਰਹੇ, ਜਦੋਂ ਤੁਸੀਂ ਹਵਾ ਪਾਣੀ ਹਰ ਚੀਜ਼ ਦੇ ਉੱਤੇ ਟੈਕਸ ਲਾ ਰਹੇ ਹਾਂ, ਹਰ ਚੀਜ਼ ਦੇ ਉੱਤੇ ਤੁਹਾਡੀ ਮਾਲਕੀ ਹੈ, ਤਾਂ ਕੀ ਵਿਅਕਤੀਆਂ ਨੂੰ ਆਪਣਾ ਇੱਕ ਸਨਮਾਨਜਨਕ ਜੀਵਨ ਜਿਉਣ ਲਈ ਘੱਟੋ ਘੱਟ ਆਮਦਨ ਨਿਸ਼ਚਿਤ ਨਹੀਂ ਕਰਨੀ ਚਾਹੀਦੀ? ਬੇਰੁਜ਼ਗਾਰੀ ਭੱਤਾ ਤਾਂ ਤੁਸੀਂ ਦੇ ਨਹੀਂ ਰਹੇ, ਬੇਰੁਜ਼ਗਾਰੀ ਭੱਤਾ ਤਾਂ ਬੀਤੇ ਦੀ ਗੱਲ ਬਣ ਚੁੱਕੀ ਆ, ਤਾਂ ਉਸ ਹਾਲਤ ਦੇ ਵਿੱਚ ਘੱਟੋ ਘੱਟ ਆਮਦਨ ਨਿਸ਼ਚਿਤ ਕਰਨ ਦੀ ਜ਼ਰੂਰਤ ਆ। ਅਗਲੀ ਜਿਹੜੀ ਗੱਲ ਪੁੱਛਣ ਵਾਲੀ ਆ ਕਿ ਕੀ ਜਿਹੜੇ ਕਾਰਪੋਰੇਟ ਆ ਉਹਨਾਂ ਦਾ ਮੁਨਾਫਾ ਕਿੰਨਾ ਹੋਵੇ, ਇਹਦੇ 'ਤੇ ਕੋਈ ਕਾਨੂੰਨ ਬਣਾਓਗੇ? ਕੀ ਜੇ ਇਹਦੇ 'ਤੇ ਕੋਈ ਰੋਕ ਲਾਓਗੇ ਕਿ ਇਸ ਵੇਲੇ ਜਿਹੜਾ ਕਾਰਪੋਰੇਟਾਂ ਦਾ ਮੁਨਾਫਾ ਹੈ ਉਹ ਜਦੋਂ ਕਰੋਨਾ ਪੀਰੀਅਡ ਦੇ ਵਿੱਚ ਆਮ ਲੋਕਾਂ ਦੀ ਆਮਦਨ ਅੱਧ ਤੋਂ ਵੀ ਘੱਟ ਗਈ, ਉਸ ਸਮੇਂ ਕਾਰਪੋਰੇਟਾਂ ਦੀ ਜਿਹੜੀ ਆਮਦਨ ਆ ਉਹ ਦੁੱਗਣੀ ਤੋਂ ਵੀ ਵਧੇਰੇ ਕਿਵੇਂ ਹੋ ਗਈ? ਅਤੇ ਇਸ ਲਈ ਉਹਨਾਂ 'ਤੇ ਕੋਈ ਰੋਕ ਲਾਉਣ ਦਾ ਤੁਹਾਡੇ ਕੋਲ ਕੋਈ ਏਜੰਡਾ ਹੈ? ਇੱਕ ਇਹ ਕਿ ਵਾਅਦਿਆਂ 'ਤੇ ਨਹੀਂ, ਵਾਅਦੇ ਤਾਂ ਬਹੁਤ ਕਰ ਦਿੱਤੇ ਜਾਂਦੇ ਆ ਕਿ ਬਿਜਲੀ ਫ੍ਰੀ ਕਰ ਦਾਂਗੇ, ਪਾਣੀ ਫ੍ਰੀ ਕਰ ਦਾਂਗੇ, ਅਤੇ ਬਾਅਦ ਦੇ ਵਿੱਚ ਉਹਦੇ ਨਾਲ ਸ਼ਰਤਾਂ ਆਉਂਦੀਆਂ ਕਿ ਬਿਜਲੀ 100 ਯੂਨਿਟ ਮਾਫ਼ ਆ ਜਾਂ 200 ਯੂਨਿਟ ਮਾਫ਼ ਆ ਜਾਂ 300 ਯੂਨਿਟ ਮਾਫ਼ ਆ, ਕਦੇ ਇਹ ਕਿ ਪਾਣੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਮਾਫ਼ ਆ, ਜਾਂ ਹੋਰ ਜਿਹੜੀਆਂ ਸਹੂਲਤਾਂ ਉਹਨਾਂ ਦੇ ਨਾਲ ਅਜੀਬ ਤਰ੍ਹਾਂ ਦੀਆਂ ਸ਼ਰਤਾਂ ਲਾ ਦਿੱਤੀਆਂ ਜਾਂਦੀਆਂ। ਫਿਰ ਇਹ ਕਿ ਇਕੱਲੇ ਵਾਅਦੇ ਨਹੀਂ, ਉਹਨਾਂ ਵਾਅਦਿਆਂ ਨੂੰ ਪੂਰਿਆਂ ਕਰਨ ਲਈ ਤੁਹਾਡੇ ਕੋਲ ਕੀ ਪਲੈਨ ਆ, ਕੀ ਬਜਟ, ਕਿਸ ਤਰ੍ਹਾਂ ਦਾ ਤੁਹਾਡਾ ਬਜਟ ਹੋਊਗਾ, ਪੈਸਾ ਆਊਗਾ ਕਿੱਥੋਂ? ਤੁਸੀਂ ਵਾਅਦਿਆਂ ਦੀ ਝੜੀ ਲਾ ਦਿੰਦੇ ਹਾਂ, ਬਾਅਦ ਦੇ ਵਿੱਚ ਉਹ ਵਾਅਦੇ ਪੂਰੇ ਨਹੀਂ ਕਰਦੇ ਗੇ। ਤਾਂ ਇਹ ਜਿਹੜੇ ਸਾਰੇ ਸਵਾਲ ਨੇ ਇਹ ਪੁੱਛਣੇ ਚਾਹੀਦੇ ਆ ਜਦੋਂ ਕੋਈ ਵੀ ਸਿਆਸੀ ਨੇਤਾ ਤੁਹਾਡੇ ਪਿੰਡ ਦੇ ਵਿੱਚ ਵੜਦਾ, ਕਿਸੇ ਵੀ ਪਾਰਟੀ ਦਾ ਹੋਵੇ। ਪਰ ਇੱਥੇ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ, ਕਿਉਂਕਿ ਇਹ ਕਾਨੂੰਨ ਪਾਸ ਕੀਤੇ ਨੇ, ਕਿਸਾਨ ਉੱਥੇ ਸਰਹੱਦਾਂ 'ਤੇ ਬੈਠੇ ਆ, ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ 'ਤੇ ਜ਼ਬਰ ਕੀਤਾ ਜਾ ਰਿਹਾ,
लाठीचार्ज किया जा रहा, बहुत सारे किसान शहीद हो चुके हैं। उस हालत में भारतीय किसान यूनियन वालों ये जिस तरह का फैसला है, संयुक्त किसान मोर्चे वालों जिस तरह का फैसला है कि भारतीय जनता पार्टी नूं बिल्कुल बोलन नहीं देना गा, पर जिथों तक दूसरिया पार्टियां का तलक आ वह भी कोई दुध धोतियां नहीं, उन्हां तों भी स्पष्ट तौर पर इस समय प्रश्न पूछने चाहिए आ, वादे लेने चाहिए आ। आखिरी गल कि जे वह वादे नहीं पूरे करते तो की उम्मीदवार वादे पूरे ना कर सकन दी हालत विच की वह अस्तीफा देणगे। ये अस्तीफे की गल भी विच आउणी चाहीदी है कि उन्हां व्यक्तियों फिर वापस नहीं बुला लिया जाना चाहीदा, इसलिए उन्हां तों एक वक्खरा एफीडेविट लैना चाहीदा कि जे मैं कीते हुए वादे पूरे ना कर सकिया तो मैं फिर अस्तीफा दे देवांगा। चंगी गल तो यह कि जे बैंकां दे विच पोस्ट डेटड चैक लाए जा सकते हैं, लिखवा के रखे जा सकते हैं, उम्मीदवारों तो भी अगाऊं ही अस्तीफे ले जान कि ये योग नहीं होगा कि उन्होंने तो पहला ही अस्तीफे ले जान कि जे असी नहीं वादे पूरे कर सकते तो सानू फिर उत्थे बैठन का कोई अधिकार नहीं होगा। तो सब तो जिहड़ी आखिरी गल कि जेडे पत्थे ते पेंशन हुण लै रहे आ उन्हां बारे उन्हां दे की विचार आ, जदों कि सरकारी मुलाजमान दी तां जिहड़ी पुरानी पेंशन स्कीम खोह के नवी पेंशन स्कीम दे अधीन नगूणे पैसे दिते जा रहे आ, उदों की तीन तीन चार चार पाँच पाँच पेंशन लैणियां योग आ। ये प्रश्न हरेक सियासी नेता तो हर हालत विच पुछना चाहीदा, जे नागरिकां दी चेतना उपर उठेगी ता ही जिहड़ी सियासी लोग ने सियासी जमात आ वह ठीक आएगी। पर एक गल ध्यान रखनी है वीरो कि अजिहा करदिया उन्होंने अपने गल कहण दा मौका देना है, पर हुल्लड़बाजी नहीं करनी, पर दूजे पासे ये भी नहीं कि वह अपनी गल फड़ा के अपने वादे झूठे करके भज जाण ते जिन्हों कहा जा सकता हैगा कि मुड़ के जित के पाँच साल मूँह ना विखाउण। ये एक वड्डा पंजाब दे लोकां लई भारत दे लोकां लई ये मौका है कि आने वाली विधानसभाओं विच दीआं चोणां विच उन्हां नूं सवाल पुछे जाण ते उन्हां सवालां दी तैयारी हुणे कर ली जावे। जिहड़े इत्थे आपां इस वीडियो च प्रश्न सांझे कीते आ ये तो आम प्रश्न सांझे कीते आ, जनरल प्रश्न सांझे कीते आ, तुहानूं स्थानक पद्धर दीआं अपणीआं लोड़ां ते अपणीआं मंगां अनुसार होर प्रश्न भी बना के रखने चाहीदे आ ते हर हालत विच उन्हां तों प्रश्न पुछने चाहीदे आ। प्रश्न आंदे नाल विरोधी धिर दे नाल ही लोकतंत्र बनदा है। मेहरबानी।